ਬਾਈ ਜੀ ਇਹ ਹੈ ਕੀ ਹੈ ਇਹ ਗੱਡੀਆਂ ਦੇ ਵਿੱਚ ਆਉਂਦੀ ਹੈ ਜੀਪ ਦੇ ਵਿੱਚ ਕਿ ਟਰੈਕਟਰਾਂ ਦੇ ਵਿੱਚ ਇਹ ਰਲਮਾ ਹੀ ਹੈ ਜੀ ਸਾਰਾ ਕੁਝ ਵਿੱਚ ਆਉਂਦਾ ਜੀ ਜੀਪ ਦਾ ਵੀ ਆਉਂਦਾ ਪਹਿਲਾਂ ਬੀਟਰ ਜਿਹੜੇ ਚੱਲਦੇ ਹੁੰਦੇ ਸੀ ਉਹਨਾਂ ਦਾ ਵੀ ਸਮਾਨ ਵਿੱਚ ਇੰਜਨ ਸਾਡਾ ਆਪਦਾ ਧਰਾ ਵੱਡ ਜਾਈ ਦਾ ਤਿੰਨ ਸਿਲੰਡਰ ਤੇ ਕਿਸਾਨ ਅੰਦੋਲਨ ਨਹੀਂ ਸੀ ਆਪਣਾ ਦਿੱਲੀ ਉਦੋਂ ਆ ਕੇ ਤਿਆਰ ਕਰਵਾਇਆ ਜੀ ਕੀ ਸੋਚ ਕੇ ਤਿਆਰ ਕਰਾਈ ਸੀ ਇਹ ਕੰਮ ਕੀ ਲੈਂਦੇ ਹੋ ਇਸ ਗੱਡੀ ਦਾ ਜੀ ਹੁਣ ਆਪਾਂ ਨੂੰ ਤੁਹਾਨੂੰ ਆਪਣੇ ਸਰਕਾਰਾਂ ਧੱਕਾ ਕਰ ਰਹੀਆਂ ਨੇ ਕਿਤੇ ਜਾਣਾ ਪੈਂਦਾ ਸਾਨੂੰ ਉਹਦੀ ਅੰਦੋਲਨ ਕਰਨਾ ਪੈਂਦਾ ਕਿਤੇ ਉੱਥੇ ਧਰਨਾ ਲਾਉਣਾ ਪੈਂਦਾ ਕਿਤੇ ਉੱਥੇ ਲਾਉਣਾ ਪੈਂਦਾ ਉਹਦੀ ਖਾਤਰ ਸਾਨੂੰ ਪਿੰਡ ਦੇ ਵਿੱਚੋਂ ਟਰੈਕਟਰ ਮੰਗਣੇ ਪੈਂਦੇ ਸੀ ਹੁਣ ਅਸੀਂ ਸਾਰੇ ਪਿੰਡ ਨੇ ਰਲ ਕੇ ਕਿਸੇ ਨੇ 5000 ਪਾਇਆ ਕਿਸੇ ਨੇ 4 ਪਾਇਆ ਸਾਰੇ ਇਕੱਠੇ ਕਰਕੇ ਪੈਸੇ ਅਸੀਂ 2.5 ਲੱਖ ਰੁਪਏ ਦਾ ਤਿਆਰ ਕਰਵਾਇਆ ਦਿੱਲੀ ਕਿਸਾਨ ਅੰਦੋਲਨ ਸੀਗਾ ਤੇ ਹੁਣ ਦੁੱਧ ਅੰਦੋਲਨ ਹੋ ਗਿਆ ਜੋ ਚੀਜ਼ਾਂ ਉੱਥੇ ਸੀਗੀਆਂ ਉਦਾਂ ਦੀਆਂ ਚੀਜ਼ਾਂ ਹੁਣ ਇੱਥੇ ਦਿਖਣ ਲੱਗ ਗਈਆਂ ਜੇ ਨਾ ਮੰਨੇ ਐਂ ਨੀ ਪਤਾ ਇੱਥੇ ਕਾਇਕ ਦਿਨ ਚੱਲੇਗਾ ਅੱਜ ਤਾਂ ਨੀ ਮੈਨੂੰ ਮੈਂ ਮੰਨਣ ਦੀ ਕੱਲ ਨੂੰ ਮੰਨਣਾ ਪਊਗਾ ਰੋਜ਼ਾਨਾ ਸਪੋਕਸਮੈਨ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਸਨਮਜੀਤ ਸਿੰਘ ਭੱਲਾ ਜਿਸ ਤਰ੍ਹਾਂ ਦਿੱਲੀ ਦੇ ਵਿੱਚ ਕਿਸਾਨ ਅੰਦੋਲਨ ਹੋਇਆ ਉਸੇ ਤਰ੍ਹਾਂ ਲੁਧਿਆਣੇ ਦੀ ਧਰਤੀ ਤੇ ਦੁੱਧ ਅੰਦੋਲਨ ਦੀ ਸ਼ੁਰੂਆਤ ਹੋਈ ਹੈ ਕੱਲ ਤੋਂ ਹੀ ਇਸ ਅੰਦੋਲਨ ਦੀ ਸ਼ੁਰੂਆਤ ਹੋਈ ਹੈ ਤੇ ਇਹ ਵੀ ਅਣਮਿੱਥੇ ਸਮੇਂ ਦੇ ਲਈ ਚੱਲੇਗਾ ਜਦ ਤੱਕ ਕਿਸਾਨ ਕਹਿੰਦੇ ਨੇ ਕਿ ਉਹਨਾਂ ਦੇ ਪੈਸੇ ਜਿਹੜੇ ਦੁੱਧ ਦੇ ਨੇ ਜਿਹੜੇ ਸਰਕਾਰ ਨੇ ਵਧਾਉਣ ਦੀ ਮੰਗ ਫੈਸਲਾ ਲਿਆ ਸੀਗਾ ਉਹ ਇਹਨਾਂ ਦੇ ਖਾਤਿਆਂ 'ਚ ਨਹੀਂ ਆਉਂਦੇ ਉਦੋਂ ਤੱਕ ਇੱਥੋਂ ਨਹੀਂ ਉੱਠਣਗੇ ਤੱਕ ਦਿੱਲੀ ਦੇ ਵਿੱਚ ਕਿਸਾਨ ਅੰਦੋਲਨ ਦੇ ਵਿੱਚ ਜਿਸ ਤਰ੍ਹਾਂ ਵੱਖ ਵੱਖ ਅਲੱਗ ਅਲੱਗ ਮੋਡੀਫਾਈਡ ਟਰਾਲੀਆਂ ਦੇਖਣ ਨੂੰ ਮਿਲੀਆਂ ਸੀ ਉਸੇ ਤਰ੍ਹਾਂ ਲੁਧਿਆਣੇ ਦੇ ਵਿੱਚ ਵੀ ਹੁਣ ਦੇਖਣ ਨੂੰ ਮਿਲ ਰਹੀ ਹੈ ਮੇਰੇ ਪਿੱਛੇ ਇੱਕ ਗੱਡੀ ਖੜੀ ਹੈ ਇਸ ਗੱਡੀ ਦੇ ਵਿੱਚ ਇੰਜਨ ਜਿਹੜਾ ਉਹ ਟਰਾਲੀ ਦਾ ਲਗਾਇਆ ਗਿਆ ਬਾਡੀ ਜਿਹੜੀ ਆ ਉਹ ਜੀਪ ਦੀ ਯੂਜ਼ ਕੀਤੀ ਗਈ ਹੈ ਵਰਤੀ ਗਈ ਹੈ ਬੱਤੀ ਜਿਹੜੀ ਆ ਉੱਥੇ ਸੰਤਰੀ ਰੰਗ ਦੀ ਬੱਤੀ ਜਿਹੜੀ ਆ ਉਹ ਲਗਾਈ ਗਈ ਹੈ ਤਾਂ ਇਸੇ ਤਰ੍ਹਾਂ ਦੀਆਂ ਕਈ ਗੱਡੀਆਂ ਜਿਹੜੀਆਂ ਨੇ ਉਹ ਦਿੱਲੀ ਕਿਸਾਨ ਅੰਦੋਲਨ ਦੇ ਵਿੱਚ ਦੇਖਣ ਨੂੰ ਮਿਲੀਆਂ ਸੀ ਕੇਸਰੀ ਝੰਡਾ ਲਗਾਇਆ ਹੋਇਆ ਅਤੇ ਕਿਸਾਨੀ ਦਾ ਝੰਡਾ ਵੀ ਜਿਹੜਾ ਉਹ ਲਗਾਇਆ ਹੋਇਆ ਤਾਂ ਇਹ ਗੱਡੀ ਜਿਹੜੀ ਹੈ ਇਹ ਲੁਧਿਆਣਾ ਦੁੱਧ ਅੰਦੋਲਨ ਦੇ ਵਿੱਚ ਪਹੁੰਚੀ ਹੈ ਬੜੇ ਹੀ ਵੱਖਰੇ ਢੰਗ ਦੇ ਨਾਲ ਇਸ ਗੱਡੀ ਨੂੰ ਤਿਆਰ ਕੀਤਾ ਗਿਆ ਤਾਂ ਗੱਲਬਾਤ ਵੀ ਕਰਦੇ ਹਾਂ ਇੱਥੋਂ ਬਰਨਾਲੇ ਤੋਂ ਇਹ ਕਿਸਾਨ ਭਰਾ ਸਾਡੇ ਇੱਥੇ ਪਹੁੰਚੇ ਹੋਏ ਨੇ ਗੱਲਬਾਤ ਕਰਦੇ ਹਾਂ ਬਾਈ ਜੀ ਇਹ ਹੈ ਕੀ ਹੈ ਇਹ ਗੱਡੀਆਂ ਦੇ ਵਿੱਚ ਆਉਂਦੀ ਹੈ ਜੀਪ ਦੇ ਵਿੱਚ ਕਿ ਟਰੈਕਟਰਾਂ ਦੇ ਵਿੱਚ ਰਲਮਾ ਹੀ ਹੈ ਜੀ ਸਾਰਾ ਕੁਝ ਵਿੱਚ ਆਉਂਦਾ ਜੀ ਜੀਪ ਦਾ ਵੀ ਆਉਂਦਾ ਜਿਵੇਂ ਆਪਣੇ ਪਹਿਲਾਂ ਬੀਟਰ ਜਿਹੜੇ ਚੱਲਦੇ ਹੁੰਦੇ ਸੀ ਉਹਨਾਂ ਦਾ ਵੀ ਸਮਾਨ ਵਿੱਚ ਹੈ ਬਾਕੀ ਸਾਡਾ ਇੰਜਨ ਸਾਡਾ ਆਪਦਾ ਧਰਾ ਵੱਡ ਜਾਈਦਾ ਤਿੰਨ ਸਿਲੰਡਰ ਸਮਾਨ ਕਿਹੜਾ ਕਿਹੜਾ ਇਹਦੇ ਵਿੱਚ ਵਰਤਿਆ ਗਿਆ ਕਿਹੜੀ ਚੀਜ਼ ਜੀਪ ਦੀ ਆ ਕਿਹੜੀ ਚੀਜ਼ ਟਰੈਕਟਰ ਦੀ ਆ ਦੇਖੋ ਜੀ ਜਿਵੇਂ ਹੁਣ ਆਹ ਮੰਨ ਲਈਏ ਵੀ ਆਪਣੀ ਪੁਰਾਣੀ ਜੀਪ ਹੁੰਦੀ ਸੀਸਾ ਉਹਦਾ ਲੱਗਿਆ ਵਾ ਤੇ ਮਤਲਬ ਪ੍ਰੈਸ਼ਰ ਸਟੇਅਰਿੰਗ ਆ ਤੇ DI ਮਹਿੰਦਰੇ ਦਾ ਆਪਣੇ ਦਾ ਇੰਜਨ ਹੈ ਤਿੰਨ ਸਿਲੰਡਰ ਤੇ ਬਾਕੀ ਗੇਅਰ ਵੀ ਮਤਲਬ ਉਸੇ ਦੀ ਆ ਗਿਆ ਪਿੱਛੇ ਆਪਣਾ ਦੂਜਾ ਜਗਾੜ ਆ ਜਿਵੇਂ ਪੀਟਰ ਰੇਡੇ ਦੇ ਲੱਗਿਆ ਹੁੰਦਾ ਸਮਾਨ ਕਿੰਨਾ ਕੁ ਮਤਲਬ ਅਲੱਗ ਅਲੱਗ ਕਿੰਨੀਆਂ ਕੁ ਗੱਡੀਆਂ ਦਾ ਸਮਾਨ ਲੱਗਿਆ ਹੋਇਆ ਇਹਦੇ ਵਿੱਚ ਬਸ ਗੱਡੀਆਂ ਦਾ ਕੀ ਇੰਜਣ ਆ ਜੀ ਬਸ ਇਕੱਲਾ ਬਸ ਸਮਾਨ ਕਿਹੜਾ ਲੱਗਣਾ ਸੀਗਾ ਆਪਣਾ ਇਹਦਾ ਜੀਪ ਦਾ ਹੋ ਗਿਆ ਤੇ DI ਇੰਜਣ ਆ ਬਸ ਠੀਕ ਹੈ ਤੇ ਜਿਵੇਂ ਮੀਟਰ ਵਗੈਰਾ ਇਹ ਟਰੈਕਟਰ ਦੇ ਨੇ ਕਿ ਇਹ ਜੀਪ ਦੇ ਨੇ ਜੀਪ ਦਾ ਜੀਪ ਇਹ ਵੀ ਜੀਪ ਦੇ ਨੇ ਹਾਂਜੀ ਠੀਕ ਹੈ ਕਦੋਂ ਤਿਆਰ ਕਦੋਂ ਕਰਾਈ ਸੀ ਇਹ ਕਿਸਾਨ ਅੰਦੋਲਨ ਨਹੀਂ ਸੀ ਆਪਣਾ ਦਿੱਲੀ ਉਦੋਂ ਆ ਕੇ ਤਿਆਰ ਕਰਵਾਇਆ ਜੀ ਅੱਛਾ ਕੀ ਸੋਚ ਕੇ ਤਿਆਰ ਕਰਾਈ ਸੀ ਇਹ ਕੰਮ ਕੀ ਲੈਂਦੇ ਹੋ ਇਸ ਗੱਡੀ ਦਾ ਜੀ ਹੁਣ ਆਪਾਂ ਨੂੰ ਤੁਹਾਨੂੰ ਆਪਣੇ ਸਰਕਾਰਾਂ ਨਾਲ ਧੱਕਾ ਕਰ ਰਹੀਆਂ ਨੇ ਕਿਤੇ ਜਾਣਾ ਪੈਂਦਾ ਸਾਨੂੰ ਉਹਦੀ ਅੰਦੋਲਨ ਕਰਨਾ ਪੈਂਦਾ ਕਿਤੇ ਉੱਥੇ ਧਰਨਾ ਲਾਉਣਾ ਪੈਂਦਾ ਕਿਤੇ ਉੱਥੇ ਲਾਉਣਾ ਪੈਂਦਾ ਉਹਦੀ ਖਾਤਰ ਸਾਨੂੰ ਪਿੰਡ ਦੇ ਵਿੱਚੋਂ ਟਰੈਕਟਰ ਮੰਗਣੇ ਪੈਂਦੇ ਸੀ ਕੋਈ ਟਰੈਕਟਰ ਦੇਣ ਨੂੰ ਕਹਿੰਦਾ ਸੀ ਯਾਰ ਮੇਰੇ ਕੋਲ ਐਂ ਨਹੀਂ ਕੰਮ ਨਹੀਂ ਟਾਈਮ ਨਹੀਂ ਹੈਗਾ ਹੁਣ ਅਸੀਂ ਸਾਰੇ ਪਿੰਡ ਨੇ ਰਲ ਕੇ ਪੂਰਾ ਸਹਿਯੋਗ ਦਿੱਤਾ ਸਾਰਿਆਂ ਨੇ ਕਿਸੇ ਨੇ 5000 ਪਾਇਆ ਕਿਸੇ ਨੇ 4 ਪਾਇਆ ਸਾਰੇ ਇਕੱਠੇ ਕਰਕੇ ਪੈਸੇ ਅਸੀਂ 2.5 ਲੱਖ ਰੁਪਏ ਦਾ ਤਿਆਰ ਕਰਵਾਇਆ ਅੱਛਾ 2.5 ਲੱਖ ਦਾ ਪੂਰਾ ਤਿਆਰ ਹੋਇਆ ਕਿੰਨੀ ਦੇਰ 'ਚ ਤਿਆਰ ਇਹ ਸਵਾ ਦੋ 2.5 ਮਹੀਨੇ ਲੱਗ ਲੋਕ ਇਹਨੂੰ ਪਸੰਦ ਕਰਦੇ ਨੇ ਦੇਖਣ ਆਉਂਦੇ ਨੇ ਵੀ ਇਹ ਚੀਜ਼ ਕੀ ਬਣਾਈ ਹੋਈ ਹੈ ਦੇਖਣ ਦਾ ਜੀ ਹੁਣ ਤੁਸੀਂ ਆਪ ਹੀ ਦੇਖ ਲਓ ਤੁਸੀਂ ਆਪ ਹੀ ਦੇਖਣਾ ਹੋ ਜੇ ਮਤਲਬ ਹਰੇਕ ਬੰਦਾ ਪੁੱਛਦਾ ਸਾਨੂੰ ਵੀਰੇ ਕਾਹਦੋਂ ਬਣਵਾਇਆ ਕਿਵੇਂ ਬਣਾਇਆ ਕਿੱਥੋਂ ਬਣਵਾਇਆ ਉਹ ਦੱਸਣਾ ਪੁੱਛਣਾ ਫਿਰ ਪੈਂਦਾ ਹੀ ਹੈ ਜਦੋਂ ਅਗਲਾ ਪੁੱਛਦਾ ਦੱਸਦਾ ਇਹ ਜਦੋਂ ਫਿਰ ਸੜਕ 'ਤੇ ਤੁਸੀਂ ਜਾਂਦੇ ਹੋ ਲੋਕ ਦੇਖਦੇ ਹੋਣਗੇ ਕਿਉਂਕਿ ਪੁੱਛਦੇ ਨੇ ਫਿਰ ਆ ਕੇ ਬੈਠਦੇ ਨੇ ਇੱਥੇ ਆ ਕੇ ਹਾਂਜੀ ਹਾਂ ਪੁੱਛਦੇ ਨੇ ਵੀ ਇਹ ਕਿੱਥੋਂ ਤਿਆਰ ਕਰਵਾਇਆ ਕਿੰਨੇ 'ਚ ਤਿਆਰ ਹੋਇਆ ਇਹ ਕਿੰਨੀ ਸਪੀਡ 'ਤੇ ਚੱਲਦਾ ਇਹ ਜੀ ਪੂਰੀ ਸਪੀਡ 'ਤੇ ਚੱਲਦਾ ਜਿਵੇਂ ਆਪਣੀਆਂ ਗੱਡੀਆਂ ਜਾਂਦੀਆਂ ਹੁੰਦੀਆਂ ਨੇ ਫੁੱਲ ਸਪੀਡ ਆ ਜੀ ਅੱਛਾ ਅਤੇ ਪਿੱਛੇ ਢੋਆ ਢਵਾਈ ਲਈ ਰੱਖਿਆ ਹੋਇਆ ਕਿ ਕੋਈ ਬੈਠ ਜਾਵੇ ਕੋਈ ਕਿਤੇ ਜਾਣਾ ਹੋਰ ਕੁਛ ਨਹੀਂ ਢੋਣਾ ਪਿੰਡ ਦੇ ਮਤਲਬ ਕਲੱਬ ਬਣੇ ਨੇ ਪਿੰਡ ਦੇ ਵਿੱਚ ਕਿਤੇ ਵੀ ਆਪਣਾ ਕੋਈ ਸਾਂਝੇ ਥਾਂ 'ਤੇ ਜਾਣਾ ਦੇ ਸਕਦੇ ਹਾਂ ਜੀ ਮਤਲਬ ਪਿੰਡ ਦੀ ਸਾਂਝੀ ਗੱਡੀ ਆ ਹਾਂਜੀ ਹਾਂਜੀ ਤਾਂ ਇਹ ਤੁਸੀਂ ਤਸਵੀਰਾਂ ਇਸ ਗੱਡੀ ਦੀਆਂ ਦੇਖੀਆਂ ਨੇ ਕਿ ਕਿਸ ਤਰ੍ਹਾਂ ਕਿਸਾਨ ਅੰਦੋਲਨ ਤੋਂ ਬਾਅਦ ਇਹਨਾਂ ਦਾ ਕਹਿਣਾ ਕਿ ਇਹ ਤਿਆਰ ਕਰਵਾਇਆ ਗਿਆ ਸੀਗਾ ਤਾਂ ਕਿਸਾਨ ਅੰਦੋਲਨ ਦੌਰਾਨ ਇਹ ਤਿਆਰ ਕਰਾਈ ਗਈ ਸੀਗੀ ਗੱਡੀ
जिस दे विच जीप दे भी पार्ट है, ट्रैक्टर का भी इंजन है, स्टेयरिंग महिंद्रा का लग्या होया, गेयर लगे हुए ने। बाबा जी पहला दिल्ली किसान अंदोलन सीगा ते हुण दुध अंदोलन हो गया, किदां दा लग रहा? मतलब जो चीज़ा उत्थे सीगा उदां दी चीज़ा हुण इत्थे दिखण लग गई? इत्थे होई गईआं जी, उही चीज़ हो गई। जे ना मन्ने ऐ नहीं पता इत्थे कै कदन चले, घट किन्ने क दिन अंदोलन चले, मतलब इन्हां नूं मनणा पैणा। कल नूं अज तां नहीं, मैनूं मैद मनण दी, कल नूं मनणा पऊ, क्योंकि तो सड़कां रोकदीआं कल नूं। अज तां अज कहिंदे चल पार्टी है, चलो उन्हां दी उत्थे कोई हो गलबात, कल नूं मनणा पैणा इन्हां नूं। बरनाले तो आए। ਤਾਂ ਇਹ ਤਸਵੀਰ ਤੁਸੀਂ ਇਸ ਦੀ ਦੇਖੀ ਹੈ ਤਾਂ ਪੂਰੀ ਕਿਸਾਨ ਅੰਦੋਲਨ 'ਤੇ ਇਹ ਬਣਾਈ ਗਈ ਹੈ, ਸਾਰਾ ਕੁਛ ਕਿਸਾਨੀ ਰੰਗ ਰੂਪ ਇਸ ਨੂੰ ਦਿੱਤਾ ਗਿਆ। ਅਤੇ ਇਹ ਪਿੰਡ ਦੀ ਸਾਂਝੀ ਗੱਡੀ ਆ, 2.5 ਤੋਂ 3 ਲੱਖ ਦੇ ਵਿਚਕਾਰ ਇਹ ਤਿਆਰ ਕਰਵਾਈ ਗਈ ਸੀ ਅਤੇ ਪਿੰਡ ਦੀ ਸਾਂਝੀ ਗੱਡੀ ਹੈ ਇਹ। ਜਦੋਂ ਪਿੰਡ ਨੇ ਸਾਂਝੇ ਤੌਰ 'ਤੇ ਕਿਤੇ ਜਾਣਾ ਹੁੰਦਾ ਤਾਂ ਇਸ ਗੱਡੀ ਦਾ ਇਸਤੇਮਾਲ ਕੀਤਾ ਜਾਂਦਾ। ਤਾਂ ਦੁੱਧ ਅੰਦੋਲਨ ਦੀਆਂ ਤਸਵੀਰਾਂ ਦਿੱਲੀ ਕਿਸਾਨ ਅੰਦੋਲਨ ਦੇ ਨਾਲ ਲਗਭਗ ਮਿਲਦੀਆਂ ਜੁਲਦੀਆਂ ਨੇ। ਜਿਸ ਤਰ੍ਹਾਂ ਉੱਥੇ ਸੜਕਾਂ 'ਤੇ ਕਿਸਾਨਾਂ ਨੇ ਆਪਣੀਆਂ ਟਰਾਲੀਆਂ ਲਗਾ ਦਿੱਤੀਆਂ ਸੀਗੀਆਂ ਮੇਨ ਹਾਈਵੇ 'ਤੇ, ਉਸੇ ਤਰ੍ਹਾਂ ਲੁਧਿਆਣੇ ਦੇ ਵਿੱਚ ਵੀ ਮੇਨ ਹਾਈਵੇ 'ਤੇ ਕਿਸਾਨਾਂ ਨੇ ਆਪਣੀਆਂ ਟਰਾਲੀਆਂ ਲਗਾ ਦਿੱਤੀਆਂ। ਤਾਂ ਵਧੇਰੇ ਅਪਡੇਟਸ ਸਾਨੂੰ ਜੁੜੇ ਰਹੋ, ਕੈਮਰਾਮੈਨ ਸੰਦੀਪ ਸਿੰਘ ਦੇ ਨਾਲ ਸਰਮਜੀਤ ਸਿੰਘ ਭੱਲਾ, ਰੋਜ਼ਾਨਾ ਸਪੋਕਸਮੈਨ।